ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਕੇਐਸ ਸਟਡੀ ਪੁਆਇੰਟ ਦੇ ਵਿੱਚ ਲੈ ਕੇ ਆਜਾ ਰਹੇ ਹਾਂ ਚਿੱਤੀਜੀ ਜਮਾਤ ਦਾ ਵਾਤਾਵਰਣ ਦਾ ਪੇਪਰ ਯਾਨੀ ਕਿ ایਵੀਐਸ ਦਾ ਪੇਪਰ ਆ ਮਾਰਚ ਦੇ ਵਿੱਚ ਜੋ ਕਿ ਤੁਹਾਡਾ ਹੋਣ ਵਾਲਾ ਹੈ ਉਹ ਪੇਪਰ ਲੈ ਕੇ ਹਾਜ਼ਰ ਹੋਏ ਆ ਤਾਂ ਅਰ ਕਿ ਸਾਡੇ ਚੈਨਲ ਨੂੰ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਦੇ ਰਹਿਣਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਘੰਟੀ ਤੇ ਕਲਿੱਕ ਕਰਕੇ ਆਲ ਦੇ ਸੈੱਟ ਕਰਨਾ ਨਾ ਭੁੱਲੋ ਤਾਕੀ ਜਦੋਂ ਵੀ ਅਸੀਂ ਪੇਪਰ ਪਾਈਏ ਤੁਹਾਡੇ ਦੇ ਸਭ ਤੋਂ ਪਹਿਲਾਂ ਪਹੁੰਚ ਸਕੇ ਹਾਂਜੀ ਮਿੱਤਰੋ ਇਹ ਤੁਹਾਡਾ ਪਹਿਲਾਂ ਤਾਂ ਤੁਸੀਂ ਇਹ ਦੇਖ ਕੇ ਭਰ ਲੈਣਾ ਉਹਦਾ ਤੁਸੀਂ ਆਪ ਹੀ ਭਰਨਾ ਹੋਵੇਗਾ ਅਤੇ ਇਹ ਸਾਰੇ ਪ੍ਰਸ਼ਨ ਜ਼ਰੂਰੀ ਨੇ ਭਾਗ ਊੜਾ ਆ ਜੂਗਾ ਤੁਹਾਡੇ ਲੋਕੋਲੇ ਪਹਿਲਾਂ ਸਭ ਤੋਂ ਪਹਿਲਾਂ ਹੇਰ ਦਿੱਤੇ ਪ੍ਰਸ਼ਨਾਂ ਲਈ ਦਿੱਤੇ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਉੱਤੇ ਸਹੀ ਦਾ ਨਿਸ਼ਾਨ ਲਗਾਓ ਹਾਂਜੀ ਮਿੱਤਰੋ ਜੋਗੀ ਤੁਹਾਡਾ 20 ਮਾਰਕਸ ਦਾ ਹੈ 20 ਕੁਐਸਚਨ ਹੋਣਗੇ ਜੋ ਕਿ 2 2 2 ਮਾਰਕਸ ਦੇ ਹੋਣਗੇ 10 ਕੁਐਸਚਨ ਹੋਣਗੇ ਸੌਰੀ ਜੋ ਕਿ 2-2 ਮਾਰਕਸ ਦੇ ਹੋਣਗੇ 20 ਕੁਐਸਚਨ ਤੁਹਾਡੇ ਮੰਨ ਜਾਣਗੇ ਤੁਹਾਡੇ ਦਾਦਾ ਜੀ ਦੇ ਪੁੱਤਰ ਨਾਲ ਤੁਹਾਡਾ ਕੀ ਰਿਸ਼ਤਾ ਹੈ ਹਾਂਜੀ ਪਿਤਾ ਜੀ ਤਾਇਆ ਜੀ ਚਾਚਾ ਜੀ ਜਾਂ ਫਿਰ ਉਪਰੋਕਤ ਸਾਰੇ ਹਾਂਜੀ ਤੁਹਾਡੇ ਦਾਦਾ ਜੀ ਹਨ ਜਿਹੜੇ ਉਹਨਾਂ ਦੇ ਪੁੱਤ ਤੁਹਾਡੇ ਕੀ ਲੱਗੇ ਇਹ ਚਾਰੇ ਹੋ ਸਕਦੇ ਨੇ ਤੁਹਾਡੇ ਯਾਨਕੀ ਉਪਰੋਕਤ ਸਾਰੇ ਇਹਦਾ ਅਨਸਰ ਆਜੂਗਾ ਸਸਾ ਆਪਸ਼ਨ ਉਪਰੋਕਤ ਸਾਰੇ ਬਰੇਲ ਲਿਪੀ ਕਿਸ ਕਿਸਮ ਦੇ ਵਿਸ਼ੇਸ਼ ਲੋੜਾਂ ਵਾਲੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਲਾਇਵ ਆਂਦਾ ਹੈ ਜੋ ਸੁਣ ਨਹੀਂ ਸਕਦੇ ਜੋ ਜੇ ਦੇਖ ਨਹੀਂ ਸਕਦੇ ਜੋ ਬੋਲ ਨਹੀਂ ਸਕਦੇ ਹਾਂਜੀ ਇਸ ਦਾ ਉੱਤਰ ਹੈ ਜਿਹੜਾ ਉਹ ਆਜੂਗਾ ਉੱਤਰ ਹੈ ਦੋਸਤੋ ਆੜਾ ਆਪਸ਼ਨ ਆਜੂਗਾ ਜੋ ਦੇਖ ਨਹੀਂ ਸਕਦੇ ਹਾਂਜੀ ਅੱਗੇ ਆਜੂਗਾ ਗਲਤ ਜੋੜ ਤੇ ਗਲਤ ਜੋੜੇ ਦੀ ਚੋਣ ਕਰੋ ਕਿਸਾਨ ਖੇਤੀਬਾੜ ਕਰਨ ਵਾਲਾ ਇਹ ਤਾਂ ਦੋਸਤੋ ਸਹੀ ਹੋ ਗਿਆ ਆਪਣਾ ਹੈ ਠੀਕ ਹੈ ਗੀਤਕਾਰ ਗੀਤ ਗਾਉਣ ਵਾਲਾ ਹੋਗਾ ਫੋਟੋਗ੍ਰਾਫਰ ਤਸਵੀਰ ਖਿੱਚਣ ਵਾਲਾ ਡਾਕਟਰ ਮਰਜ਼ੀਆਂ ਦਾ ਇਲਾਜ ਕਰਨ ਵਾਲਾ ਗਲਤ ਜੋੜੇ ਤੇ ਆਪਾਂ ਨੇ ਟਿੱਕ ਲਗਾਣੀ ਹੈ ਇਸ ਦਾ ਅਨਸਰ ਹੈ ਦੋਸਤੋ ਹਜੇ ਤੱਕ ਸਾਨੂੰ ਨਹੀਂ ਲੱਭਿਆ ਥੋੜੀ ਮਿਸਟੇਕ ਕੀਤੀ ਗਈ ਹੈ ਇਸ ਦੇ ਕੁਐਸਚਨ ਦੇ ਵਿੱਚ ਤੁਸੀਂ ਇਹਨੂੰ ਛੱਡ ਦਿਓ ਇਹ ਨਹੀਂ ਕਰਨਾ ਆਪਾਂ ਨੇ ਇਸ ਦੇ ਵਿੱਚ ਥੋੜੀ ਮਿਸਟੇਕ ਕੀਤੀ ਹੋਈ ਹੈ ਕੁਐਸਚਨ ਦੇ ਵਿੱਚ ਇਸ ਤਰ੍ਹਾਂ ਤੁਹਾਡਾ ਕੁਐਸਚਨ ਨਹੀਂ ਬਣਦਾ ਇਹ ਤਾਂ ਸਾਰੇ ਸਹੀ ਹੋ ਗਏ ਆਪਣੇ ਗਲਤ ਜੋੜੇ ਦੀ ਚੋਣ ਕਰਨੀ ਸੀ ਤੇ ਖੇਡ ਅੱਗੇ ਅਜਿਓ ਦੋਸਤੋ ਖੇਡਾਂਵਾਂਗੇ ਹੋਰ ਸਾਂਝੇ ਕੰਮ ਕਰਨ ਲਈ ਕਿਸ ਦੀ ਲੋੜ ਹੁੰਦੀ ਹੈ ਆਵਸੀਤਾ ਹਲ ਮਿਲਦੀ ਆਪਸੀ ਸਹਿਯੋਗ ਦੀ ਇੱਕ ਚੰਗੀ ਟੀਮ ਦੀ ਉਪਰੋਕ ਸਾਰੇ ਹਾਂਜੀ ਉਪਰੋਕ ਸਾਰੇ ਦਾ ਆਨਸਰ ਆ ਜੇ ਯਾਨਕੀ ਸਾ ਆਪਸ਼ਨ ਉਪਰੋਕ ਸਾਰੇ ਸਫੈਦ ਦੇ ਰੁੱਖ ਦਾ ਤਣਾ ਡੈਸ਼ ਅਤੇ ਸਫੈਦ ਦਾ ਸਫੈਦ ਹੁੰਦਾ ਹੈ ਹਾਂਜੀ ਪਤਲਾ ਛੋਟਾ ਟੇਡਾ ਮੇਡਾ ਸਿੱਧਾ ਤੇ ਲੰਬਾ ਹਾਂਜੀ ਉੱਤਰ ਜਿਹੜਾ ਆਜੂਗਾ ਸਿੱਧਾ ਤੇ ਲੰਬਾ ਸਾ ਆਪਸ਼ਨ ਆਜੂਗਾ ਇਹ ਕਿਸ ਰੁੱਖ ਦਾ ਪੱਤਾ ਹੈ ਹਾਂਜੀ ਇਹ ਕਿਹੜੇ ਰੁੱਖ ਦਾ ਪੱਤਾ ਹੈ ਤੁਸੀਂ ਦੱਸੋ ਇਸ ਦਾ ਆਨਸਰ ਜਿਹੜਾ ਕਿ ਅਸੀਂ ਦੱਸ ਦਿੰਨੇ ਹੁਣ ਇਹ ਦੋਸਤ ਪਿੱਪਲ ਜਿਹੜਾ ਕਿ ਪਿੱਪਲ ਦਾ ਪੱਤਾ ਹੈ ਊੜਾ ਆਪਸ਼ਨ ਹਾਂਜੀ ਇਹ ਆਜੂ ਅੱਗੇ 7ਵਾਂ ਕੁਐਸਚਨ ਰੇਤਲੇ ਇਲਾਕੇ ਵਿੱਚ ਭਾਰ ਢੋਣ ਲਈ ਦਾਸ ਵਰਤੇ ਜਾਂਦਾ ਹੈ ਕੋੜਾ ਉੱਠ ਕੁੱਤਾ ਬਾਂਦਰ ਹਾਂਜੀ ਕੀ ਵਰਤੇ ਜਾਂਦਾ ਹੈ ਰੇਤਲੇ ਇਲਾਕੇ ਦੇ ਵਿੱਚ ਉੱਠ ਜਿਹੜਾ ਕਿ ਉੱਠ ਰੇਗਿਸਤਾਨ ਵਿੱਚ ਵਰਤੇ ਜਾਂਦਾ ਰੇਤ ਰਤੀਲਾ ਹੁੰਦਾ ਹੈ ਰੇਗਿਸਤਾਨ ਕਲਗੀ ਵਾਲਾ ਪੰਛੀ ਕਿਹੜਾ ਹੁੰਦਾ ਹੈ ਕਲਗੀ ਵਾਲਾ ਕਿਹੜਾ ਹੁੰਦਾ ਹੈ ਪੰਛੀ ਪੰਛੀੜਾ ਉੜਾ ਜੀਓ ਦੋਸਤੋ ਤੋਤਾ ਕੱਕੜਾ ਕਬੂਤਰ ਜਾਂ ਫਿਰ ਕਾਂ ਅਕੇ ਆ ਜੀਓ ਦੋਸਤੋ ਨੋਮਾ ਝਲਾਂਦਾਰ ਛੱਤਾਂ ਵਾਲੇ ਘਰ ਕਿੱਥੇ ਹੁੰਦੇ ਹਨ ਪਹਾੜੀ ਖੇਤਰਾਂ ਵਿੱਚ ਰੇਗਿਸਤਾਨ ਵਿੱਚ ਸਮੁੰਦਰ ਦੇ ਕੰਢੇ ਵੱਡੇ ਸ਼ਹਿਰਾਂ ਵਿੱਚ ਝਲਾਂਦਾਰ ਜਿਹੜੇ ਡੀਗੇ ਥੋੜੇ ਮੋਟੇ ਗੇਰੇ ਹੁੰਦੇ ਹਨ ਉੱਥੇ ਉਹ ਹੋ ਜੀਓ ਦੋਸਤੋ ਪਹਾੜੀ ਖੇਤਰਾਂ ਵਿੱਚ ਅਤੇ ਨਕਸ਼ੇ ਦੇ ਉੱਪਰਲੇ ਪਾਸੇ ਕਿਹੜੀ ਕਿਹੜੀ ਦਿਸ਼ਾ ਹੁੰਦੀ ਹੈ ਉੱਪਰਲੇ ਪਾਸੇ ਦੋਸਤੋ ਕਿਹੜੀ ਦਿਸ਼ਾ ਹੁੰਦੀ ਹੈ ਉੱਤਰ ਹੈ ਯਾਰ ਦੋਸਤੋ ਇਸ ਦਾ ਅਨਸਰ ਅਨਸਰ ਹੈ ਜਿਹੜਾ ਕਿ ਉਹ ਉੱਤਰ ਆ ਜਾਊਗਾ ਉੱਤਰ ਦੀਸਾ ਵਿੱਚ ਉੱਪਰ ਵੱਲ ਪੈਂਦੀ ਹੈ ਹਾਂਜੀ ਅੱਗੇ ਆਜੋ ਗੈਰਮਾ ਕੁਐਸਚਨ ਮੱਝਾਂ ਤੇ گاਵਾ ਇੱਕ ਵਾਰ ਵਿੱਚ ਕਿੰਨਾ ਪਾਣੀ ਪੀ ਲੈਂਦੀਆਂ ਹਨ ਇੱਕ ਭਰੇ ਗਲਾਸ ਇੱਕ ਮੱਗ ਕਈ ਸਾਰੀ ਬਾਲਟੀਆਂ ਕਈ ਸਾਰੇ ਡਰਮ ਹਾਂਜੀ ਉੱਤਰ ਜੋ ਕਿ ਉੱਤਰਾ ਈਡੀ ਹੋ ਜਾਊਗਾ ਕਈ ਸਾਰੀ ਬਾਲਟੀਆਂ ਅਤੇ ਅੱਗੇ ਆਜੂਆ ਮੀਂਹ ਪੈਣ ਤੋਂ ਬਾਅਦ ਗੁਰਲੀਨ ਸਤਰੰਗੀ ਪਿੰਗਵਾਲ ਮੂੰਹ ਕਰਕੇ ਖੜੀ ਹੈ ਸੂਰਜ ਕਿਸ ਪਾਸੇ ਹੋਵੇਗਾ ਉੱਤਰ ਦੋਸਤੋ ਈਡੀ ਆਪਸ਼ਨ ਆ ਜੂਗੀ ਗੁਰਲੰਗ ਦੇ ਪਿੱਛੇ ਹਾਂਜੀ ਅੱਗੇ ਆਜੋ ਤੇਰਮਗੋਸਨ ਕਿਸੇ ਥਾਂ ਦੇ ਟੂਰ ਉਪਰੰਤ ਕੀ ਕੀ ਜਾਣਕਾਰੀ ਹਾਸਲ ਹੋ ਜਾਂਦੀ ਹੈ ਉਸ ਥਾਂ ਦੇ ਲੋਕਾਂ ਬਾਰੇ ਪਹੁੰਚਣ ਲਈ ਵਰਤੇ ਜਾਣ ਵਾਲੇ ਸਾਧਨਾਂ ਬਾਰੇ ਉਸ ਥਾਂ ਘੁੰਮਣ ਚੁੱਕੀ ਯਾਤਰੀਆਂ ਬਾਰੇ ਉਪਰੋਤ ਵਿੱਚ ਕੋਈ ਨਹੀਂ ਉੱਤਰ ਦੋਸਤੋ ਜੋ ਕਿ ਆਜੂਗਾ ਤੁਹਾਡਾ ਆੜਾ ਆਪਸ਼ਨ ਹੈ ਜਾਨਕਿ ਪਹੁੰਚਣ ਲਈ ਵਰਤੇ ਜਾਣ ਵਾਲੇ ਸਾਧਨਾਂ ਬਾਰੇ ਹਾਂਜੀ ਅੱਗੇ ਆਜੂਗਾ ਗੁਲੰਬੀ ਗੱਲਬਾਤ ਕਰਨ ਲਈ ਕਿਹੜਾ ਸਾਧਨ ਉਪਯੋਗੀ ਰਹੇਗਾ ਚਿੱਠੀ ਟੈਲੀਫੋਨ ਈਮੇਲ ਜਾਂ ਫੈਕਸ ਮਸ਼ੀਨ ਲੰਬੀ ਗੱਲਬਾਤ ਕਰਨੀ ਹੈ ਤਾਂ ਦੋਸਤੋ ਟੈਲੀਫੋਨ ਜਿਹੜਾ ਸਹੀ ਆਪਸ਼ਨ ਹੈ ਆੜ ਆਪਸ਼ਨ ਟੈਲੀਫੋਨ ਅਤੇ ਅੱਗੇ ਆਜੂਆ 15ਵਾਂ ਕੁਐਸਚਨ ਆ ਕੱਪੜਿਆਂ ਨੂੰ ਰੰਗ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਉੱਤਰ ਹੈ ਲਲਾਰੀ ਦਰਜੀ ਤੋ ਬੀ ਕਢਾਈ ਵਾਲਾ ਉੱਤਰ ਹੈ ਦੋਸਤੋ ਲਲਾਰੀ ਅੱਗੇ ਆਜੂਆ ਐਲਪੀਜੀ ਲਈ ਸਹੀ ਵਿਕਲਪ ਦੀ ਚੋਣ ਕਰੋ ਚੋਣ ਕਰੋ ਦੀ ਚੋਣ ਕਰੋ ਅਤੇ ਅੱਗੇ ਆ ਜੂਗਾ ਗੈਸ ਚੁੱਲਾ ਸੋਲਰ ਕੁੱਕਰ ਅੰਗੇਠੀ ਉਹ ਬਣਾ ਉੱਤਲੇ ਦੋਸਤੋ ਉੜਾ ਜੂਗਾ ਗੈਸ ਚੁੱਲਾ ਅਤੇ ਅੱਗੇ 17ਵਾਂ ਕਵਸਨ ਆ ਜੂਗਾ ਪੁਰਾਣੇ ਸਮੇਂ ਵਿੱਚ ਲੋਕ ਕਿਹੜੇ ਭਾਂਡਿਆਂ ਦੀ ਵਰਤੋਂ ਕਰਦੇ ਸਨ ਸਟੀਲ ਦੇ ਪਲਾਸਟਿਕ ਦੇ ਪ੍ਰੈਸ਼ਰ ਕੁੱਕਰ ਦੇ ਮਿੱਟੀ ਦੇ ਹਾਂਜੀ ਪ੍ਰੈਸ਼ਰ ਕੁੱਕਰ ਦੇ ਜਾਂ ਫਿਰ ਮਿੱਟੀ ਸਟੀਲ ਦੇ ਜਾਂ ਫਿਰ ਪਲਾਸਟਿਕ ਦੇ ਇਹਨਾਂ ਦਾ ਅੰਤਰ ਕੀ ਹੋਊਗਾ ਦੋਸਤੋ ਮਿੱਟੀ ਮਿੱਟੀ ਦੇ ਤਾਂ ਦੇਖੋ ਹੋ ਨਹੀਂ ਸਕਦੇਗੇ ਤਾਸਤੀ ਇਲਦੇ ਜਿਹੜਾ ਕੀ ਹੋ ਜੂਗਾ ਅਤੇ ਅੱਗੇ ਆ ਜੂਗਾ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਹਲਕਾ ਫੁਲਕਾ ਅਤੇ ਘੱਟ ਭੋਜਨ ਖਾਣਾ ਚਾਹੀਦਾ ਹੈ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਬਥੇਰੇ ਸਰੀਰਕ ਮਿਹਨਤ ਕਰਨ ਵਾਲੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਹਲਕਾ ਫੁਲਕਾ ਤੇ ਘੱਟ ਭੋਜਨ ਖਾਣੇ ਚਾਹੀਦਾ ਹੈ ਦੋਸਤੋ ਉੱਤਰ ਹੈ ਦੋਸਤੋ ਤੁਹਾਡਾ ਬਜ਼ੁਰਗਾਂ ਨੂੰ ਹਲਕਾ ਫੁਲਕਾ ਜਿਹੜਾ ਖਾਣਾ ਦੇਣਾ ਚਾਹੀਦਾ ਹੈ ਅਤੇ ਅੱਗੇ ਆ ਜੂਗਾ 19ਵਾਂ ਕੁਸਚਨ ਮਿੱਟੀ ਦੇ ਬਰਤਨਾਂ ਨੂੰ ਕਿਸ ਤਰ੍ਹਾਂ ਪਕਾਇਆ ਜਾਂ ਜਾਂਦਾ ਹੈ ਦੇਲ ਵਿੱਚ ਹਵਾ ਵਿੱਚ ਪਾਣੀ ਵਿੱਚ ਅੱਗ ਵਿੱਚ ਹਾਂਜੀ ਹਾਂਜੀ ਮਿੱਟੀ ਦੇ ਵਿੱਚ ਕਿਸ ਨੂੰ ਪਕਾਇਆ ਜਾਂਦਾ ਹੈ ਅੱਗ ਵਿੱਚ ਜਿਹੜਾ ਕਿ ਉੱਤਰਾਜੂ ਅੱਗ ਵਿੱਚ ਅੱਗੇ ਆ ਜੀ ਦੋਸਤੋ ਅੱਜ ਕੱਲ੍ਹ ਆ ਬੱਚਿਆਂ ਦੇ ਮਨੋਰੰਜਨ ਦਾ ਪਸੰਦ ਮਨਪਸੰਦ ਸਾਧਨ ਕਿਹੜਾ ਹੈ ਰੇਡੀਓ ਮੋਬਾਈਲ ਫੋਨ ਹਰਮੋਨੀਅਮ ਅਖਬਾਰ ਹਾਂਜੀ ਅੱਜ ਦੇ ਵਿੱਚ ਬੱਚਿਆਂ ਦਾ ਜਿਹੜਾ ਕਿ ਮੋਬਾਈਲ ਫੋਨ ਹੀ ਹੈ ਮਨੋਰੰਜਨ ਦਾ ਸਾਧਨ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਮੋਬਾਈਲ ਫੋਨ ਦੇ ਵਿੱਚ ਹੀ ਦੇਖ ਰਹੇ ਹੋਵੋਗੇ ਦੀਪਕ ਆੜਾ ਜਾਂਦਾ ਹੈ ਖਾਲੀ ਥਾਂਵਾਂ ਭਰੋ ਸੇਧਮੰਤ ਵੱਧਾ ਸਾਫ਼ ਹਾਕੀ ਵਿਜਲੀ ਜੋ ਕਿ ਇਹਨਾਂ ਖਾਲੀ ਥਾਂਵਾਂ ਦੇ ਵਿੱਚ ਭਰਨੀ ਹੈ ਜੋ ਕਿ ਨੀਚੇ ਦਿੱਤੀਆਂ ਹੈ ਹਨ ਜਿਵੇਂ ਕਿ ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਤੇ ਜੀਵਾਂ ਦੀ ਗਿਣਤੀ ਡੈਸ਼ ਜਾਂਦੀ ਹੈ ਹਾਂਜੀ ਉਤਰਾਏ ਦੋਸਤੋ ਅਵਾਦ ਅਤੇ ਇਹ ਪੋਤੇ ਗੰਦਗੀ ਹਵਾ ਨੂੰ ਡੈਸ਼ ਕਰਨ ਵਿੱਚ ਮਦਦ ਕਰਦੇ ਹਨ ਹਾਂਜੀ ਸਾਫ਼ ਜਿਹੜਾ ਉਤਰਾਏ ਦੋਸਤੋ ਇਸ ਦਾ ਸਾਫ਼ ਹਾਂਜੀ ਖੇਡਾਂ ਸਾਨੂੰ ਡੈਸ਼ ਬਣਾਉਂਦੀਆਂ ਹਨ ਅਤੇ ਇਸ ਦਾ ਅਨਸਰ ਆਇਆ ਦੋਸਤੋ ਸੇਧਮੰਦ ਹਾਂਜੀ ਤੀਜੇ ਦਾ ਇਹ ਆਜੂਗਾ ਤੇ ਅੱਗੇ ਆ ਜੀਓ ਦੋਸਤੋ ਡੈਸ਼ ਖੇਡਣ ਲਈ ਖੁੱਲੇ ਮੈਦਾਨ ਦੀ ਲੋੜ ਹੁੰਦੀ ਹੈ ਹਾਕੀ ਇਹੜਾ ਅਨਸਰ ਹੈ ਉੱਤਰ ਉਹ ਹਾਕੀ ਹੈ ਜਿਹੜਾ ਆਜੂਗਾ ਚੌਥੇ ਦਾ ਪਾਣੀ ਤੋਂ ਡੈਸ਼ ਵੀ ਪੈਦਾ ਕੀਤਾ ਜਾ ਸਕਦਾ ਹੈ ਬਿਜਲੀ ਇਹੜਾ ਇਸ ਦਾ ਅਨਸਰ ਆਜੂਗਾ ਰਾਈਟ ਅਨਸਰ ਬਿਜਲੀ ਇਹ ਹੋ ਗਿਆ ਤੁਹਾਡਾ ਖਾਲੀ ਥਾਵਾਂ ਤੇ ਮਿਲਾਨ ਆ ਜਾਂਦੇ ਨੇ ਕਲਮ ਊੜਾ ਤੇ ਕਲਮ ਆੜਾ ਕਰਦੀ ਉਸਾਰੀ ਕਰਨ ਵਾਲਾ ਹਾਂਜੀ ਕਿਹੜਾ ਹੁੰਦਾ ਹੈ ਕਰਦੀ ਉਸਾਰੀ ਕਰਨ ਵਾਲਾ ਅਤੇ ਦੁੱਧ ਵੇਚਣ ਵਾਲਾ ਕਿਹੜਾ ਹੁੰਦਾ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਾ ਕਰਨ ਵਾਲੀ ਖੇਤ ਵਿੱਚ ਫਸਲਾਂ ਕਾਣ ਵਾਲਾ ਅਤੇ ਕਿਸਾਨ ਨਰਸ ਮਿਸਤਰੀ ਧੋਦੀ ਉੱਤਰ ਦੋਸਤੋ ਜਿਹੜਾ ਕੀ ਤੁਹਾਡਾ ਘਰ ਦੀ ਸਾਰੀ ਕਰਨ ਵਾਲਾ ਮਿਸਤਰੀ ਹੋ ਜੂਗਾ ਤੇ ਦੁੱਧ ਵੇਚਣ ਵਾਲਾ ਧੋਦੀ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀ ਨਰਸ ਨਰਸਾ ਜੂਗਾ ਤੇ ਖੇਤ ਵਿੱਚ ਫਸਲਾਂ ਕਾਣ ਵਾਲਾ ਕਿਸਾਨ ਹਾਂਜੀ ਇਹ ਹੋ ਗਿਆ ਤੁਹਾਡਾ ਤੇ ਭਾਗ ਇਹੜੀ ਆਜੂਗਾ ਅੱਗੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦੋ ਤਿੰਨ ਵਾਕਾਂ ਵਿੱਚ ਦਿਓ ਹੂੰ ਤੁਹਾਡੇ ਪਰਿਵਾਰ ਦੇ ਬਜ਼ੁਰਗ ਤੁਹਾਡੇ ਲਈ ਕੀ ਕਰਦੇ ਹਨ ਇਹਦਾ ਇਹਨਾਂ ਦੇ ਆਨਸਰ ਆ ਜਾਣਗੇ ਤੁਹਾਡੇ ਘਰ ਵਿੱਚ ਕੰਮ ਆਉਂਦਾ ਹੈ ਕਿਸ ਕੰਮੋਂ ਦਾ ਘਰ ਕਿਸ ਕੰਮ ਆਉਂਦਾ ਹੈ ਕੀ ਕੰਮ ਆਉਂਦਾ ਤੁਸੀਂ ਦੱਸਣਾ ਹੈ ਕਿਹੜੀ ਚਾਰ ਸਬਜ਼ੀਆਂ ਤੁਸੀਂ ਕੱਚੀਆਂ ਜਾਂ ਸਲਾਦ ਰੂਪ ਵਿੱਚ ਖਾ ਸਕਦੇ ਹੋ ਹੇਠ ਦਿੱਤੇ ਪ੍ਰਸ਼ਨ ਦੇ ਰੂਪ ਚਾਰ ਪੰਜ ਵਾਕਾਂ ਵਿੱਚ ਦਿਓ ਜੋ ਕਿ 15 ਅੰਕ ਦਾ ਹੈ ਸ੍ਰੀ ਅਮਰਥਸ ਅਮ੍ਰਿਤਸਰ ਸਾਇਉ ਦੇ ਪੰਜ ਪ੍ਰਸਿੱਧ ਸਰਾਨੀ ਕੇਂਦਰਾਂ ਦੇ ਨਾਮ ਲਿਖੋ ਜਾਂ ਫਿਰ ਪੰਜ ਜੰਤੂਆਂ ਦੇ ਨਾਮ ਅਤੇ ਰਹਿਣ ਸਥਾਨ ਲਿਖੋ ਜੋ ਕਿ ਇਸ ਤਰ੍ਹਾਂ ਜੁਆ ਗੁਆਨ ਕੀ ਹੁੰਦਾ ਹੈ ਦੋਸਤੋ ਅਤੇ ਅੱਗੇ ਆ ਜੁਆ 28ਵਾਂ ਕੁਐਸਚਨ ਲੋਕ ਸੰਚਾਰ ਦੇ ਸਾਧਨ ਦੀਆਂ ਪੰਜ ਉਦਾਹਰਣਾਂ ਦਿਓ ਜਾਂ ਫਿਰ ਤਰੰਗੀ ਪੀਂਗੇ ਦਾ ਚਿੱਤਰ ਬਣਾਓ ਅਤੇ ਰੰਗ ਭਰੋ ਸੁੰਦਰ ਲਿਖਾਈ ਤੇ 10 ਅੰਕ ਮਿਲ ਜਾਣਗੇ ਹਾਂਜੀ ਦੋਸਤੋ ਜਿਹੜਾ ਕਿ ਇਹ ਭਾਗ ਤੁਹਾਡਾ ਹੈਗਾ ਸੀ ਜਿਹੜਾ ਭਾਗ ਏਡੀ ਇਹ ਇੱਕ ਸੋਲਵਰ ਨਹੀਂ ਹੈਗਾ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਸੋਲਵ ਕਰੀਏ ਤਾਂ ਇਸ ਵੀਡੀਓ ਤੇ ਕੁੱਲ 500 ਲਾਈਕ ਜਿਹੜੇ ਕਿ ਪੂਰੇ ਕਰਾ ਦਿਓ ਤਾਂ ਤਾਂ ਤੁਹਾਡੇ ਲਈ ਜਿਹੜਾ ਕਿ ਸੋਲੂਸ਼ਨ ਹੈ ਜਿਹੜਾ ਲੈ ਕੇ ਆ ਜਾਾਂਗੇ ਹਾਂਜੀ ਸੋਲੂਸ਼ਨ ਹੈ ਜਿਹੜਾ ਵਿਦ ਸੋਲੂਸ਼ਨ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਤਾ ਇੱਕ ਹੋਰ ਤੇ ਚੈਨਲ ਦੇ ਨਵੇਂ ਤੇ ਚੈਨਲ ਨੂੰ ਵੀ ਕਰ ਦੇਣਾ ਲਾਈਕ ਆ ਤੇ ਪਹਿਲਾ ਆਈਕਨ ਨੂੰ ਆਲਟ ਸੈਟ ਕਰ